ਫਗਵਾੜਾ ਦੀ ਧਿਆਨ ਸਿੰਘ ਕਲੋਨੀ ਰਾਣੀਪੁਰਾ ਰੋਡ ਤੇ ਸਥਿਤ ਇੱਕ ਘਰ ਨੂੰ ਚੋਰਾਂ ਨੇ ਨਿਸ਼ਾਨਾ ਬਣਾਉਂਦਿਆਂ ਲੱਖਾਂ ਦੇ ਸਮਾਨ ਤੇ ਆਪਣਾ ਹੱਥ ਸਾਫ਼ ਕਰ ਦਿੱਤਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀੜਤ ਬਲਵੀਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਕਿਤੇ ਬਾਹਰ ਗਏ ਹੋਏ ਸਨ ਅਤੇ ਜਦੋਂ ਸਵੇਰੇ ਵਾਪਸ ਆਏ ਤਾਂ ਉਹਨਾਂ ਦੇਖਿਆ ਕਿ ਘਰ ਦਾ ਜਿੰਦਾ ਟੁੱਟਾ ਹੋਇਆ ਹੈ। ਜਦੋਂ ਉਹਨਾਂ ਅੰਦਰ ਜਾ ਕੇ ਦੇਖਿਆ ਤਾਂ ਅਲਮਾਰੀ ਦਾ ਸਾਰਾ ਸਮਾਨ ਵਿਖਰਿਆ ਪਿਆ ਸੀ। ਉਹਨਾਂ ਦੱਸਿਆ ਕਿ ਚੋਰ ਘਰ ਵਿੱਚੋਂ 4 ਮੁੰਡੀਆਂ ਅਤੇ 30-40 ਹਜ਼ਾਰ ਦੀ ਨਕਦੀ ਤੋਂ ਇਲਾਵਾ ਇੱਕ LED ਲੈ ਕੇ ਰਫੂ ਚੱਕਰ ਹੋ ਗਏ। ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਇਸ ਸੰਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਬਲਵੀਰ ਸਿੰਘ ਭਾਜੀ ਮੇਰਾ ਨਾਮ ਆ ਅਤੇ ਮੈਂ ਰਾਤੀ ਕਿਤੇ ਗਿਆ ਸੀਗਾ ਬਾਹਰ ਅਤੇ ਰਾਤੀ ਜਦੋਂ ਸਵੇਰੇ ਮੈਂ ਆ ਕੇ ਦੇਖਿਆ ਮੈਨੂੰ ਅਤੇ ਮੇਰੇ ਘਰ ਦਾ ਲੋਕ ਟੁੱਟਾ ਹੋਇਆ ਸੀਗਾ ਅਤੇ 2 ਲੱਖ ਰੁਪਈਏ ਦੀ ਵੀ ਚੋਰੀ ਹੋ ਗਈ ਘਰ 'ਚ ਅਤੇ ਮੁੰਦੀਆਂ ਸੀਗੀਆਂ ਅਤੇ ਬਾਕੀ ਹੋਰ ਨਿੱਕਾ ਮੋਟਾ ਸਾਰਾ ਸਮਾਨ ਲੈ ਗਏ ਜੀ। ਤੁਹਾਡੇ ਸਾਹਮਣੇ ਅਲਮਾਰੀ ਦੇ ਸਾਰੇ ਖੋਲਿਆ ਪਏ ਲੋਕ ਤੋੜੇ ਹੋਏ ਸ਼ੱਕ ਦੇ ਭਾਈ ਕਿਸੇ ਨੇ 2 ਘੰਟੇ ਹੋਏ ਪੁਲਿਸ ਨੂੰ ਫੋਨ ਕੀਤੇ ਨੂੰ ਕੋਈ ਪੁਲਿਸ ਵਾਲਾ ਨਹੀਂ ਆਇਆ ਹਲੇ ਤੱਕ ਜੀ। 100 ਵਜੇ ਹੁਣ ਫੋਨ ਕੀਤਾ ਪਿਛਲੇ ਹੁਣ ਆਏ ਆ ਬਾਕੀ ਹੋਰ ਕੋਈ ਨਹੀਂ ਆਇਆ ਹਲੇ ਪੁਲਿਸ ਵਾਲਾ ਜੀ। ਕਿੰਨੀ ਵਜੇ ਪਹਿਲਾਂ ਫੋਨ ਕੀਤਾ ਸੀ ਪੁਲਿਸ ਨੂੰ? 2 ਘੰਟੇ ਹੋ ਗਏ ਭਾਈ ਫੋਨ ਕੀਤੇ। ਕਿੱਥੇ ਗਏ ਸੀ ਤੁਸੀਂ ਭਾਜੀ? ਮੈਂ ਭਾਜੀ ਲੋਕਲ ਕਿਤੇ ਗਿਆ ਸੀਗਾ। ਫੈਮਿਲੀ ਦੇ ਨਾਲ ਹੀ ਗਏ ਨਾਲ ਗਏ ਸੀ ਆਪਣੀ ਨਾਲ ਅਤੇ ਸਵੇਰੇ ਪਤਾ ਲੱਗਾ ਸਵੇਰੇ ਪਤਾ ਲੱਗਾ ਸਵੇਰੇ ਆਏ ਘਰ। ਕੀ ਗਏ ਸਮਾਨ ਭਾਜੀ? 3-4 ਮੁੰਦੀਆਂ ਸੀਗੀਆਂ ਜੀ ਅਤੇ ਬਾਲੀਆਂ ਸੀਗੀਆਂ। 30-40 ਹਜ਼ਾਰ ਕੈਸ਼ ਸੀਗਾ ਮੇਰਾ। LED ਸੀਗੀ ਬਾਕੀ ਹੋਰ ਬੋਕਸ ਬੈਡ 'ਚ ਭਾਂਡਾ ਲੀੜਾ ਕੱਪੜਾ ਸਾਰਾ ਲੈ ਗਏ ਜੀ। ਉੱਧਰ ਪੁਲਿਸ ਵੱਲੋਂ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਵੀਰੇ ਜੀ ਇੱਥੇ ਆਪਣੇ ਕੋਟਰਾਣੀ ਰੋਡ 'ਤੇ ਬਲਵੀਰ ਸਿੰਘ ਕਿਰਾਏ 'ਤੇ ਰਹਿੰਦੇ ਆਨੰਦਪੁਰ ਸਾਹਿਬ ਤੋਂ ਆ ਕੇ ਜਿਹੜੀ ਆ ਤਨਖਾਹ ਮਿਲੀ ਹੈ ਵੀ ਇਹਨਾਂ ਦੇ ਘਰ ਚੋਰੀ ਹੈਗੀ ਹੈ। ਉੱਥੇ ਆਏ ਹਾਂ ਦੇਖਦੇ ਹਾਂ ਜਿਹੜਾ ਮੌਕਾ ਮੁਕਾ ਕੇ ਕਰਦੇ ਹਾਂ ਉਸ ਤੋਂ ਬਾਅਦ ਇਹਨਾਂ ਦੇ ਬਿਆਨ ਜੋ ਵੀ ਦਿੰਦੇ ਸਾਨੂੰ ਕਾਰਵਾਈ ਕਰਦੇ ਹਾਂ। ਪੁਲਿਸ ਲੇਟ ਨਹੀਂ ਆਈ ਉਸ ਟਾਈਮ ਮੇਰਾ PCR ਪਹਿਲਾਂ ਪਹੁੰਚਿਆ। ਬਿਊਰੋ ਰਿਪੋਰਟ ਸਾਈ TV। ਸਿਰਫ ਖਬਰਾਂ ਜਾਣਨ ਦੇ ਲਈ ਨਹੀਂ ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ TV।